ਕਦੇ ਸੋਚਿਆ ਵੀ ਨਹੀਂ ਹੋਣਾ ਕਿ ਪੰਜਾਬ ਦੇ ਇੱਕ ਦਿਨ ਅਜਿਹੇ ਹਾਲਾਤ ਹੋਣਗੇ। ਜ਼ਰਾ ਗੌਰ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਤਿੰਨ ਸੈਲਾਨੀਆਂ ਦੇ ਨਾਲ ਇੱਥੇ ਲੁੱਟ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ। ਸੈਲਾਨੀ ਆਪਣੇ ਹੋਟਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੋ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ। ਪਿਸਤੌਲ ਦੀ ਨੋਕ ਤੇ ਇਹਨਾਂ ਤੋਂ ਲੁੱਟ ਕੀਤੀ ਗਈ। ਦੋ ਬਾਈਕ ਸਵਾਰ ਇੱਕ ਗਲੀ ਦੇ ਵਿੱਚ ਆਏ, ਇੱਕ ਬਦਮਾਸ਼ ਇਹਨਾਂ ਸੈਲਾਨੀਆਂ ਦੇ ਪਿੱਛੇ ਲੱਗ ਪਿਆ ਔਰ ਇੱਕ ਮਹਿਲਾ ਜਿਹੜੀ ਤੁਰੀ ਆ ਰਹੀ ਆ ਉਸਦੇ ਗਲ ਨੂੰ ਹੱਥ ਪਾਇਆ, ਸੋਨੇ ਦੀ ਚੇਨ ਝਪਟ ਲਈ, ਫਿਰ ਜੋ ਨਾਲ ਇੱਕ ਸ਼ਖਸ ਹੈ ਉਸ ਤੋਂ ਪੈਸੇ ਵੀ ਲੈ ਲਏ। ਬੜੀ ਹੀ ਚਲਾਕੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਇਸ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਨੌਜਵਾਨ, ਉਸਦੇ ਨਾਲ ਇੱਕ ਕੁੜੀ ਤੇ ਇੱਕ ਮਹਿਲਾ ਗਲੀ ਦੇ ਵਿੱਚ ਲੰਘੇ ਆ ਰਹੇ ਨੇ ਤਾਂ ਉਹਨਾਂ ਦਾ ਪਿੱਛਾ ਕਰ ਰਿਹਾ ਇੱਕ ਲੁਟੇਰਾ ਇੱਕਦਮ ਪਿਸਤੌਲ ਦੀ ਨੋਕ ਤੇ ਇਹਨਾਂ ਦੇ ਨਾਲ ਲੁੱਟ ਖੋ ਕਰਦਾ। ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਦੇ ਕੋਲ ਹੋਟਲ ਦੇ ਬਾਹਰ ਦੀ ਇਹ ਵੀਡੀਓ ਹੈ। ਰਾਤ ਪੈਣ ਤੇ ਦੋ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਾਈਕ ਵਾਲਾ ਅੱਗੇ ਖੜ ਗਿਆ ਔਰ ਉਸਦਾ ਸਾਥੀ ਜਿਸ ਦੇ ਵੱਲੋਂ ਪਿਸਤੌਲ ਦਿਖਾਇਆ ਗਿਆ ਉਸਨੇ ਲੁੱਟ ਕੀਤੀ। ਫਿਰ ਦੋਵੇਂ ਜਾਣੇ ਬਾਈਕ ਤੇ ਸਵਾਰ ਹੋ ਕੇ ਇੱਥੋਂ ਫਰਾਰ ਹੋ ਗਏ। ਪੁਲਿਸ ਨੇ ਇਹਨਾਂ ਦੇ ਖਿਲਾਫ FIR ਦਰਜ ਕਰ ਲਈ ਔਰ ਇਹਨਾਂ ਲੁਟੇਰਿਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਪਿਸਤੌਲ ਦਿਖਾ ਕੇ ਸ਼ਰੇਆਮ ਲੁੱਟ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ। ਸੈਲਾਨੀ ਜੋ ਪੰਜਾਬ ਘੁੰਮਣ ਆਏ ਸੀ, ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ, ਉਹਨਾਂ ਤੋਂ ਲੁੱਟ ਕੀਤੀ ਗਈ। ਗਲੀ ਦੇ ਵਿੱਚ ਘੇਰ ਕੇ ਬਦਮਾਸ਼ ਨੇ ਪਿਸਤੌਲ ਦਿਖਾਇਆ, ਫਿਰ ਉਹਨਾਂ ਤਿੰਨਾਂ ਜਾਣਿਆਂ ਤੋਂ ਲੁੱਟ ਕੀਤੀ ਗਈ। ਮੋਟਰਸਾਈਕਲ ਤੇ ਆਏ ਸੀ ਜਿਨ੍ਹਾਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ, ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਕਦੇ ਸੋਚਿਆ ਵੀ ਨਹੀਂ ਹੋਣਾ ਕਿ ਪੰਜਾਬ ਦੇ ਇੱਕ ਦਿਨ ਅਜਿਹੇ ਹਾਲਾਤ ਹੋਣਗੇ। ਜ਼ਰਾ ਗੌਰ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਤਿੰਨ ਸੈਲਾਨੀਆਂ ਦੇ ਨਾਲ ਇੱਥੇ ਲੁੱਟ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ। ਸੈਲਾਨੀ ਆਪਣੇ ਹੋਟਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੋ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ। ਪਿਸਤੌਲ ਦੀ ਨੋਕ ਤੇ ਇਹਨਾਂ ਤੋਂ ਲੁੱਟ ਕੀਤੀ ਗਈ। ਦੋ ਬਾਈਕ ਸਵਾਰ ਇੱਕ ਗਲੀ ਦੇ ਵਿੱਚ ਆਏ, ਇੱਕ ਬਦਮਾਸ਼ ਇਹਨਾਂ ਸੈਲਾਨੀਆਂ ਦੇ ਪਿੱਛੇ ਲੱਗ ਪਿਆ ਔਰ ਇੱਕ ਮਹਿਲਾ ਜਿਹੜੀ ਤੁਰੀ ਆ ਰਹੀ ਆ ਉਸਦੇ ਗਲ ਨੂੰ ਹੱਥ ਪਾਇਆ, ਸੋਨੇ ਦੀ ਚੇਨ ਝਪਟ ਲਈ, ਫਿਰ ਜੋ ਨਾਲ ਇੱਕ ਸ਼ਖਸ ਹੈ ਉਸ ਤੋਂ ਪੈਸੇ ਵੀ ਲੈ ਲਏ। ਬੜੀ ਹੀ ਚਲਾਕੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਹਨਾਂ ਦਾ ਪੂਰਾ ਕਾਰਨਾਮਾ ਇਸ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਨੌਜਵਾਨ, ਉਸਦੇ ਨਾਲ ਇੱਕ ਕੁੜੀ ਤੇ ਇੱਕ ਮਹਿਲਾ ਗਲੀ ਦੇ ਵਿੱਚ ਲੰਘੇ ਆ ਰਹੇ ਨੇ ਤਾਂ ਉਹਨਾਂ ਦਾ ਪਿੱਛਾ ਕਰ ਰਿਹਾ ਇੱਕ ਲੁਟੇਰਾ ਇੱਕਦਮ ਪਿਸਤੌਲ ਦੀ ਨੋਕ ਤੇ ਇਹਨਾਂ ਦੇ ਨਾਲ ਲੁੱਟ ਖੋ ਕਰਦਾ। ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਦੇ ਕੋਲ ਹੋਟਲ ਦੇ ਬਾਹਰ ਦੀ ਇਹ ਵੀਡੀਓ ਹੈ। ਰਾਤ ਪੈਣ ਤੇ ਦੋ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਾਈਕ ਵਾਲਾ ਅੱਗੇ ਖੜ ਗਿਆ ਔਰ ਉਸਦਾ ਸਾਥੀ ਜਿਸ ਦੇ ਵੱਲੋਂ ਪਿਸਤੌਲ ਦਿਖਾਇਆ ਗਿਆ ਉਸਨੇ ਲੁੱਟ ਕੀਤੀ। ਫਿਰ ਦੋਵੇਂ ਜਾਣੇ ਬਾਈਕ ਤੇ ਸਵਾਰ ਹੋ ਕੇ ਇੱਥੋਂ ਫਰਾਰ ਹੋ ਗਏ। ਪੁਲਿਸ ਨੇ ਇਹਨਾਂ ਦੇ ਖਿਲਾਫ FIR ਦਰਜ ਕਰ ਲਈ ਔਰ ਇਹਨਾਂ ਲੁਟੇਰਿਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਪਿਸਤੌਲ ਦਿਖਾ ਕੇ ਸ਼ਰੇਆਮ ਲੁੱਟ ਕੀਤੀ ਗਈ। ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ। ਸੈਲਾਨੀ ਜੋ ਪੰਜਾਬ ਘੁੰਮਣ ਆਏ ਸੀ, ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ, ਉਹਨਾਂ ਤੋਂ ਲੁੱਟ ਕੀਤੀ ਗਈ। ਗਲੀ ਦੇ ਵਿੱਚ ਘੇਰ ਕੇ ਬਦਮਾਸ਼ ਨੇ ਪਿਸਤੌਲ ਦਿਖਾਇਆ, ਫਿਰ ਉਹਨਾਂ ਤਿੰਨਾਂ ਜਾਣਿਆਂ ਤੋਂ ਲੁੱਟ ਕੀਤੀ ਗਈ।
ਮੋਟਰਸਾਈਕਲ ਤੇ ਆਏ ਸੀ, ਜਿਨ੍ਹਾਂ ਨੇ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਬਦਮਾਸ਼ਾਂ ਦੀ, ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ।